ਪਿੱਛੇ ਬੈਠੇ ਕਰੇ, ਸਾਡੀ ਕੋਈ ਸੁਣਦਾ ਨਹੀਂ, ਹਰੇਕ ਕੋਈ ਇਹੀ ਕਹਿੰਦਾ ਪਿੱਛੇ ਵਗ ਜਾਓ ਪਿੱਛੇ, ਅਸੀਂ ਕਦੋਂ ਤੱਕ ਪਿੱਛੇ ਰਹਾਂਗੇ, ਜ਼ਿੰਦਗੀ ਖਰਾਬ ਹੋ ਰਹੀ ਹੈ ਸਾਡੀ, ਉਹਦੇ ਨਾ ਰਾਹ ਹੈਗਾ ਡੱਬਣ ਨੂੰ, ਨਾ ਪੀਣ ਨੂੰ ਪਾਣੀ ਹੈਗਾ, ਜਦੋਂ ਤੁਹਾਡੇ ਭਵਾਨੀ ਉਹਦੀਆਂ ਚਾਹਤੇ ਦੇਣੇ ਸਾਰੇ ਆ ਜਾਂਦੇ, ਵੈਸੇ ਕੋਈ ਨਹੀਂ ਸੁਣਦਾ ਕਿਸੇ ਦੀ। ਕੈਪਟਨ ਅਮਰਿੰਦਰ ਸਿੰਘ ਘੱਗਰ ਦੇ ਹੜ੍ਹ ਦੇ ਪ੍ਰਭਾਵਿਤ ਏਰੀਆ ਦਾ ਅੱਜ ਦੌਰਾ ਕਰਨ ਵਾਸਤੇ ਆਏ ਸੀਗੇ, ਪਰ ਇੱਥੇ ਅਸੀਂ ਮੂਨਕ ਦੀ ਅਨਾਜ ਮੰਡੀ ਮੌਜੂਦ ਹਾਂ, ਜਿੱਥੇ ਕੁਝ ਲੋਕ ਰੋ ਰਹੇ ਨੇ। ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਮਿਲਣ ਨਹੀਂ ਦਿੱਤਾ ਗਿਆ। ਕੀ ਕਾਰਨ ਹੈ ਜੀ ਤੁਸੀਂ ਅੱਜ ਆਏ ਹੋ, ਰੋ ਕਿਉਂ ਰਹੇ ਹੋ? ਅਸੀਂ ਸਵੇਰੇ ਦੇ ਉੱਥੇ ਭੁੱਖੇ ਬੈਠੇ ਕਰੇ, ਸਾਡੀ ਕੋਈ ਸੁਣਦਾ ਨਹੀਂ, ਹਰੇਕ ਕੋਈ ਇਹੀ ਕਹਿੰਦਾ ਪਿੱਛੇ ਵਗ ਜਾਓ ਪਿੱਛੇ, ਅਸੀਂ ਕਦੋਂ ਤੱਕ ਪਿੱਛੇ ਰਹਾਂਗੇ, ਜ਼ਿੰਦਗੀ ਖਰਾਬ ਹੋ ਰਹੀ ਹੈ ਸਾਡੀ, ਉਹਦੇ ਨਾ ਰਾਹ ਹੈਗਾ ਡੱਬਣ ਨੂੰ, ਨਾ ਪੀਣ ਨੂੰ ਪਾਣੀ ਹੈਗਾ, ਜਦੋਂ ਵੋਟ ਪਵਾਉਣੀ ਉਹਦੀਆਂ ਝੰਡ ਦੇਣੇ ਸਾਰੇ ਆ ਜਾਂਦੇ, ਵੈਸੇ ਕੋਈ ਨਹੀਂ ਸੁਣਦਾ ਕਿਸੇ ਦੀ। ਤੁਸੀਂ ਇੱਥੇ ਮਿਲਣ ਦੀ ਕੋਸ਼ਿਸ਼ ਕੀਤੀ ਆ? ਹਾਂਜੀ, ਕੋਈ ਨਹੀਂ, ਮੈਂ ਅਸੀਂ ਵੀ ਕਹਿ ਰਹੇ ਕਿ ਨਾ ਪਿੱਛੇ ਹੋ ਜਾਓ ਪਿੱਛੇ, ਕਦੋਂ ਤੱਕ ਪਿੱਛੇ ਰਹਾਂਗੇ ਅਸੀਂ। ਅੱਜ ਇੱਥੇ ਕਿਸਾਨਾਂ ਨੂੰ ਮਿਲਣ ਆਏ ਸੀਗੇ, ਜਿਹੜੇ ਹਰ ਪ੍ਰਭਾਵਿਤ ਨੇ, ਜਿਨ੍ਹਾਂ ਦੇ ਨੁਕਸਾਨ ਹੋਇਆ, ਉਹਨਾਂ ਨੂੰ ਮਿਲਣ ਵਾਸਤੇ ਆਏ ਸੀਗੇ, ਪਰ ਤੁਹਾਡੇ ਨਾਲ ਮੁਲਾਕਾਤ ਨਹੀਂ ਕੀਤੀ ਗਈ? ਡੁੱਬੇ ਪਏ ਸਰ, ਪੰਜਾਬ ਦੀ ਹੱਤੀਆਂ ਇੰਨਾ ਦੁਖੀ ਨੇ, ਤੇ ਸਰ ਇੱਥੋਂ ਦੀ ਲੰਘ ਗਏ, ਇੱਕ ਵਾਰ ਵੀ ਨਹੀਂ ਦਿਖੇ। ਕਿੰਨੇ ਭੈਣ ਭਰਾ ਹੋ ਤੁਸੀਂ? 6 ਭੈਣ ਸਰ, ਇੱਕ ਛੋਟਾ ਜਿਹਾ ਭੀ ਹੈ ਸਾਡਾ। ਮਾਤਾ ਪਿਤਾ? ਹਾਂ ਜੀ, ਮੇਰੇ ਮੰਮੀ ਪਾਪਾ ਦਿਹਾੜੀ ਕਰਦੇ, ਮੰਮੀ ਤੋਂ ਕੰਮ ਨਹੀਂ ਬਣਦਾ, ਕਰਦਾ ਸੀ ਕਿਵੇਂ ਜ਼ਿੰਦਗੀ ਬਤੀਤ ਕਰਾਂਗੇ। ਮੇਰੀ ਬੱਚੀਆਂ ਨੇ 6 ਲੜਕੇ ਨੇ, ਇੱਕ ਲੜਕਾ ਛੋਟਾ ਸਾ, ਬੰਦਾ ਮੇਰਾ ਦਿਹਾੜੀ ਕਰਦਾ। ਅਸੀਂ ਰਾਸਤੇ ਕਾਹਨੂੰ ਤੰਗ ਹੋਏ ਹਾਂ, ਸਾਨੂੰ ਸੜਕ ਨੂੰ ਰਾਹ ਲੱਗਣਾ ਚਾਹੀਦਾ, ਅਸੀਂ ਸੜਕ ਲੰਘਣ ਤੋਂ ਵੀ ਟੱਪਣਾ। ਪਹਿਲਾਂ ਵੀ ਪਿਛਲੇ ਸਾਲਾਂ 'ਚ ਵੀ ਹੜ੍ਹ ਦੇ ਵਿੱਚ ਪ੍ਰਭਾਵਿਤ ਹੁੰਦਾ ਰਿਹਾ ਘਰ ਤੋਂ? ਪਿੱਛੇ ਬੈਠੇ ਰਹੇ, ਕਿਸੇ ਨੂੰ ਸਾਨੂੰ ਸੰਭਾਲਿਆ ਨਹੀਂ ਹੈਗਾ। ਹੁਣ ਵੀ ਅਸੀਂ 4 ਦਿਨਾਂ ਮਗਰੋਂ ਪੱਤਰਕਾਰ ਨੇ ਬਾਹਰ ਕੱਢਿਆ ਸੀ, ਕਿਸੇ ਨੇ ਗਵਾਂਢੀ, ਕਿਸੇ ਨੇ ਰਹਿ ਨਹੀਂ ਲਈ ਸਾਡੀ, ਕਿਸੇ ਨੇ ਐਮਸੀ ਨੇ ਨਹੀਂ ਪੁੱਛਿਆ, ਕਿਸੇ ਪ੍ਰਧਾਨ ਨੇ ਨਹੀਂ ਪੁੱਛਿਆ। ਅਸੀਂ ਬੱਚਿਆਂ ਨੂੰ ਕਹਿ ਕਹਿ ਕੇ ਮਸਾਂ ਅਸੀਂ ਇੱਕ ਦਿਨ ਰਾਸ਼ਨ ਪਕਾ ਕੇ ਥੋੜ੍ਹਾ ਜਿਹਾ ਖਾਧਾ, ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈਗਾ। ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਤੁਹਾਡੀ ਸਾਹ ਨਹੀਂ ਲਿੱਤੀ ਕਿ ਕਿਸੇ ਤਰ੍ਹਾਂ ਦਾ ਕੋਈ? ਪੱਤਰਕਾਰ ਨੇ ਆਖਿਆ ਨਾ, ਫਿਰ ਜਾ ਕੇ ਕੋਈ ਸਾਰੇ ਉੱਥੇ ਸਾਨੂੰ ਪੁੱਛਣ ਵੀ ਕੀ ਖਾਣਾ ਕੀ ਪੀਣਾ, ਸਾਡੇ ਇੱਥੇ ਪੁੱਛਤਾਛ ਨੂੰ ਗਏ, ਵੱਡੇ ਵੱਡੇ ਵਾਅਦੇ ਕਰਕੇ ਚਲੇ ਗਏ, ਸਾਨੂੰ ਕੋਈ ਗਰੀਬ ਨੂੰ ਪੁੱਛਦਾ ਸੀ ਕਿ ਵੋਟਾਂ ਪਾਵਾਂਗੇ। ਫਿਰ ਤੁਹਾਡਾ ਜਿਹੜਾ ਘਰ ਆ ਚਾਰੋਂ ਪਾਸੇ ਪਾਣੀ ਨਾਲ ਘਿਰਿਆ ਹੋਇਆ ਵਾ, ਸਾਡਾ ਘਰ ਆ ਤੁਹਾਨੇ ਰੋਡ ਤੇ ਆ ਤੇ ਨਵੇਂ ਬੱਸ ਸਟੈਂਡ ਦੇ ਅੱਗੇ ਆ, ਸਾਨੂੰ ਲੰਘਣ ਨੂੰ ਰਾਹ ਨਹੀਂ ਹੈਗਾ, ਸਾਨੂੰ ਰਾਹ ਚਾਹੀਦਾ ਲੰਘਣ ਨੂੰ। ਨਾਲ ਦੇ ਘਰ ਦੇ ਵਿੱਚੋਂ ਦੀ ਦੀਵਾਰ ਤੋੜ ਕੇ ਤੁਹਾਨੂੰ ਕੱਢਿਆ ਗਿਆ ਸੀਗਾ? ਸਾਨੂੰ ਕੰਧਾਂ ਉੱਤੋਂ ਦੀ ਕੱਢਦੇ ਨੇ, ਕੰਧਾਂ ਉੱਤੋਂ ਦੀ ਬਾੜਦੇ ਨੇ, ਸਾਨੂੰ ਕਿਸੇ ਨੂੰ ਰਾਹ ਨਹੀਂ ਮਿਲਦਾ ਹੈਗਾ। ਸਾਨੂੰ ਜਿੱਥੇ ਅਸੀਂ ਸਰ, ਅਸੀਂ ਵੋਟਾਂ ਨਹੀਂ ਪਾਉਂਦੇ ਹੈਗੇ, ਸਾਨੂੰ ਇੰਨਾ ਦੁਖੀ ਕਰਿਆ ਹੋਇਆ, ਸਾਡੀ ਕੋਈ ਮਦਦ ਕਰਨ ਲਈ ਵੀ ਨਹੀਂ ਆਉਂਦਾ ਹੈਗਾ, ਇਹਦੇ ਮੰਤਰੀ ਆਉਂਦੇ ਬਾਬਾ ਸਾਹਿਬ ਵੀ ਚਲੇ ਜਾਂਦੇ, ਸਾਡੀ ਗੱਲ ਵੀ ਨਹੀਂ ਕਰਾਉਂਦੇ ਹੈਗੇ। ਜੀ ਬਿਲਕੁਲ, ਇਹ ਉਹ ਪਰਿਵਾਰ ਹੈ ਜਿਨ੍ਹਾਂ ਦਾ ਘਰ ਜਿਹੜਾ ਹੈਗਾ ਚਾਰੋਂ ਪਾਸੇ ਪਾਣੀ ਦੀ ਮਾਰ ਦੇ ਹੇਠ ਫਸਿਆ ਹੋਇਆ ਸੀਗਾ, ਅਤੇ ਉਹਨਾਂ ਦਾ ਕਹਿਣਾ ਕਿ 4 ਦਿਨ ਉਹ ਆਪਣੇ ਘਰ ਦੇ ਵਿੱਚ ਬਿਲਕੁਲ ਬੰਦ ਹੋ ਕੇ ਰਹੇ ਨੇ, ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਉਹਨਾਂ ਦੀ ਸਾਰ ਲੈਣ ਵਾਸਤੇ ਨਹੀਂ ਆਇਆ, ਇੱਕ ਮੀਡੀਆ ਕਰਮੀ ਵੱਲੋਂ ਉਹਨਾਂ ਦੀ ਸਾਰ ਲਿੱਤੀ ਗਈ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ 4 ਦਿਨ ਤੋਂ ਬਾਅਦ ਉਹਨਾਂ ਦੀ ਸਾਰ ਲਿੱਤੀ ਗਈ। 4 ਦਿਨ ਲਗਾਤਾਰ ਉਹ ਆਪਣੇ ਘਰ ਦੇ ਵਿੱਚ ਕੈਦ ਹੋ ਕੇ ਰਹੇ ਨੇ। ਇੱਕ ਪਰਿਵਾਰ ਹੈ ਜਿਹਦੀਆਂ 4 ਲੜਕੀਆਂ ਨੇ ਅਤੇ ਇੱਕ ਛੋਟਾ ਜਿਹਾ ਬੇਟਾ ਵਾ। ਹੁਣ ਅੱਜ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਜ ਉਹਨਾਂ ਨੂੰ ਵੀ ਮੁੱਖ ਮੰਤਰੀ ਦੇ ਨਾਲ ਮਿਲਾਇਆ ਨਹੀਂ ਗਿਆ। ਉਹਨਾਂ ਦੇ ਜਿਹੜੇ ਬੇਟੀਆਂ ਦੇ ਜਿਹੜੇ ਨੇ ਹੰਝੂ ਰੁਕਣ ਦੇ ਨਾਮ ਨਹੀਂ ਲੈ ਰਹੇ, ਕਿਉਂਕਿ ਉਹ ਵੱਡੀ ਮੁਸੀਬਤ ਦੇ ਵਿੱਚ ਨੇ। ਉਹਨਾਂ ਦਾ ਕਹਿਣਾ ਕਿ ਉਹ ਵੋਟਾਂ ਨਹੀਂ ਪਾਉਂਦੇ, ਕਿ ਉਹ ਜਿਹੜਾ ਪੰਜਾਬ ਦੇ ਨਾਗਰਿਕ ਨਹੀਂ ਨੇ, ਇਸ ਕਰਕੇ ਕਿਉਂਕਿ ਕਿਉਂ ਨਹੀਂ ਉਹਨਾਂ ਦੀ ਸਾਹ ਲਿੱਤੀ ਜਾ ਰਹੀ। ਵੱਡੇ ਸਵਾਲੀਆ ਨਿਸ਼ਾਨ ਪ੍ਰਸ਼ਾਸਨ ਦੇ ਰੈਸਕਿਊ ਓਪਰੇਸ਼ਨ ਦੇ ਉੱਤੇ ਅਤੇ ਇਸ ਹੜ੍ਹ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਵਾਸਤੇ ਜੋ ਦਾਅਵੇ ਕੀਤੇ ਜਾ ਰਹੇ ਆ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਉੱਤੇ, ਉਸ ਦੇ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਨੇ ਇਹਨਾਂ ਲੜਕੀਆਂ ਦੇ ਜਿਹੜੇ ਹੰਝੂ ਨਿਕਲ ਰਹੇ ਨੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਾ, ਦੈਨਿਕ ਸਵੇਰਾ ਟੀਵੀ, ਸੰਗਰੂਰ।